ਸਤਿ ਸ਼੍ਰੀ ਅਕਾਲ ਕਰ ਦੇ ਸਤਿ ਸ਼੍ਰੀ ਅਕਾਲ ਕਰ ਦੇ ਸਤਿ ਸ਼੍ਰੀ ਅਕਾਲ ਹਾਂ ਬੋਨਜੋ ਹੈਲੋ ਸਵਾ ਚੱਲੇ ਅਸੀਂ ਗਾਈਆਂ ਦੇ ਫਾਰਮ ਦੇ ਵਿੱਚ ਦੁੱਧ ਲੈਣ ਸਾਡੇ ਇੱਥੇ ਘਰਾਂ ਦੇ ਕੋਲ ਹੀ ਪੈਂਦਾ ਆ ਅਤੇ ਅਸੀਂ ਅਕਸਰ ਜਾਂਦੇ ਰਹਿੰਦੇ ਹਾਂ ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਉਹ ਫਾਰਮ ਗਾਈਆਂ ਦਾ ਜਿਹੜਾ ਫਰਾਮ ਚੱਲਿਆ ਸਾਡਾ ਬੱਬੂ ਵੀ ਦੁੱਧ ਲੈਣ ਕਿੱਥੇ ਚੱਲਿਆ ਪੁੱਤ ਦੁੱਧ ਲੈਣ ਚੱਲਿਆ ਗਾਈ ਕੋਲ ਮੂੰਹ ਹਾਂ ਪੱਠੇ ਪਾਵੇਂਗੇ ਜਾ ਕੇ ਹਾਂ ਪੱਠੇ ਪਾਓ ਜਾ ਕੇ ਚਲੋ ਕਿੰਨਾ ਦੁੱਧ ਲੈ ਕੇ ਆਉਣਾ 60 ਕੁ ਸੈਂਟ ਨੂੰ ਲੀਟਰ ਦਿੰਦੇ ਆ ਅਤੇ ਅਸੀਂ 20 ਕੁ ਲੀਟਰ ਦੁੱਧ ਲੈ ਲੈਂਦੇ ਹਾਂ ਘਰ ਵਾਸਤੇ ਸਾਡਾ ਹਫ਼ਤਾ ਕੁ ਨਿਕਲ ਜਾਂਦਾ ਆ ਅਤੇ ਉਹਦੇ 'ਚੋਂ ਅਸੀਂ ਆਈਸਕ੍ਰੀਮ ਵੀ ਬਣਾ ਲੈਂਦੇ ਹੁੰਦੇ ਹਾਂ ਅਤੇ ਆ ਪਹੁੰਚ ਗਏ ਆਪਾਂ ਫਾਰਮ ਦੇ ਵਿੱਚ ਆ ਗਏ ਕਿੱਥੇ ਆ ਗਿਆ ਮੋਮੂ ਕੋਲ ਚੱਲ ਗਏ ਖੋਲ ਖੋਲਦਾ ਤੈਨੂੰ ਮੈਂ ਕੋਈ ਨਹੀਂ ਕਿੱਥੋਂ ਖੋਲੂਗਾ ਇਹ ਮੋਮੂ ਆ ਗਈ ਆ ਚੱਲ ਜੀ ਫਾਰਮ ਦੇ ਵਿੱਚ ਅਤੇ ਆਹ ਫਾਰਮ ਆ ਇਹਨਾਂ ਦਾ ਇੱਧਰਲੇ ਪਾਸੇ ਉੱਧਰ ਵੀ ਖੜੀਆਂ ਗਾਈਆਂ ਤੁਹਾਨੂੰ ਦਿਖਾਉਂਦੇ ਅੰਦਰੋਂ ਆਪਾਂ ਲੈਣਾ ਆ ਦੁੱਧ ਨਾਲ ਆਇਆ ਆਪਣਾ ਬੱਬੂ ਦੇਖਣ ਆਹ ਨਾ ਲਾਈਏ ਮਸ਼ੀਨ ਵਿੱਚ ਦੁੱਧ ਪਾ ਦੇਣਾ ਆਪਾਂ ਆਹ ਮਸ਼ੀਨ 'ਚ ਦੁੱਧ ਪਾ ਕੇ ਦੇਣਾ ਇਹਨਾਂ ਨੇ ਅਤੇ ਇੱਧਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਗਾਈਆਂ ਆਹ ਫਿਰਦੀਆਂ ਨੇ ਅੰਦਰ ਬਾਏ ਬਾਏ ਕਰਦਾ ਗਾ ਬਿੱਲੀ ਵੀ ਫਿਰਦੀ ਹੈ ਇੱਥੇ ਸਿਸਟਮ ਇੱਥੇ ਪੰਪ ਲੱਗੇ ਹੋਏ ਦੁੱਧ ਚੋਣ ਵਾਲੇ ਟਾਇਰ ਪਏ ਆ ਇਹਨੂੰ ਪਤਾ ਆ ਕਿ ਉੱਧਰਲੇ ਪਾਸੇ ਗਾਈਆਂ ਆ ਚਲ ਉੱਧਰ ਆ ਲੇ ਲਾਵਾ ਚਲ ਉੱਧਰ ਪੱਠੇ ਪਾਈਏ ਇਹਨਾਂ ਨੂੰ ਚੱਲ 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 ਆਲੇ 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 ਮਾਂ ਦੇ ਪੁੱਤਾਂ ਨੇ ਟਾਇਰ ਬਹੁਤ ਰੱਖੇ ਆ ਟਰੈਕਟਰ ਇੱਧਰ ਵੀ ਟਾਇਰ ਬਹੁਤ ਰੱਖੇ ਆ ਇਹ ਪਤਾ ਨਹੀਂ ਕਾਹਤੋਂ ਰੱਖੇ ਟਰੈਕਟਰ ਕਿਹੜਾ ਆ ਰੀਨੋਟ ਦਾ ਆ ਵੱਡਾ ਟਰੈਕਟਰ ਤੇ ਵੱਡਾ ਹੀ ਟਰਾਲਾ ਲਿਫਟ ਵਾਲਾ ਆ ਗਈਆਂ ਗਾਈਆਂ ਤਾਜ਼ੀ ਪਰਾਲੀ ਪਾਈ ਆ ਅਗਲੇ ਨੇ ਇੱਧਰ ਵੀ ਟਰੈਕਟਰ ਖੜਾ ਆ ਇਹ ਵੀ ਇਸੇ ਕੰਪਨੀ ਦਾ ਹੀ ਹੈ ਆਹ ਕੰਪਨੀ ਆਹ ਲਾਈ ਆ ਜੀ ਪਰਾਲੀ ਇਹਨਾਂ ਨੇ ਗੋਲੇ ਬਣਾ ਬਣਾ ਕੇ ਚੱਲ ਪੁੱਤ ਪੱਠੇ ਪਾ ਦੇ ਚੱਲ ਇਹਨਾਂ ਨੂੰ ਡਿੱਗਣਾ ਪਈ ਪੁੱਤ ਡੱਕਾ ਵੱਜ ਗਿਆ ਉਹਨਾਂ ਤੇਰੇ ਐਲੇ ਐਲੇ ਚੱਲ ਪਾ ਦੇ ਪੱਠੇ
ਉਹਨਾਂ ਨੂੰ ਕਹਿ ਖਾ ਲਓ ਖਾ ਲਓ ਬੱਬੂ ਕਹਿ ਇਹਨਾਂ ਨੂੰ ਪੁੱਤ ਤੇ ਖਾ ਲਓ ਕਿਵੇਂ ਕਹਿਣਾ ਕਹਿ ਖਾ ਲਓ ਕਹਿ ਖਾ ਲਓ ਹਾਂ ਮੋਮੋ ਉੱਧਰ ਵੀ ਪਾ ਦੇ ਉਹਨਾਂ ਨੇ ਪਾਈ ਵੀ ਇਹਨਾਂ ਨੂੰ ਫੀਡ ਉਹੀ ਆ ਆਪਣਾ ਚੌਲਾਂ ਦੇ ਦਾਣੇ ਜੀ ਚੌਲਾਂ ਦੇ ਵਿੱਚ ਅਤੇ ਵਿੱਚ ਕਣਕ ਲਾਈ ਵੀ ਪਰ ਉੱਦਾਂ ਵਿਚਾਰੀਆਂ ਦਾ ਬੁਰਾ ਹਾਲ ਹੀ ਆ ਵੈਸੇ ਪਤਾ ਨਹੀਂ ਕੀ ਕਾਰਨ ਆ ਵੀ ਥੱਲੇ ਪਰਾਲੀ ਗੋਹਾ ਗਾਹ ਸਾਰਾ ਇੱਦਾਂ ਹੀ ਆ ਇੱਧਰ ਤਾਂ ਬੜਾ ਨਰਕ ਵੱਜਿਆ ਪਿਆ ਆ ਅੰਦਰ ਤਾਂ ਅਜੇ ਫਿਰ ਵੀ ਸਫਾਈ ਆ ਕਰੋਨਾ ਕਰਕੇ ਥੋੜ੍ਹਾ ਜਿਹਾ ਅੰਦਰ ਨਹੀਂ ਜਾਣ ਦਿੱਤਾ ਮੈਂ ਪੁੱਛਿਆ ਸੀਗਾ ਉਹ ਕਹਿੰਦਾ ਬਾਹਰੋਂ ਵੀਡੀਓ ਬਣਾ ਲਾ ਅਤੇ ਆ ਸਾਰੀ ਪਰਾਲੀ ਦੇ ਢੇਰ ਲਾਏ ਵੇ ਦੂਜੇ ਪਾਸੇ ਵੀ ਦਿਖਾਉਂਦਾ ਆ ਜਾ ਪਤਾ ਉੱਧਰ ਦੂਜੇ ਉੱਧਰਲੇ ਪਾਸੇ ਪੱਠੇ ਪਾ ਦੇ ਚੱਲ ਇੱਧਰ ਵੀ ਇਹ ਢੱਠਾ ਪਤਾ ਢੱਠਾ ਆ ਹਾਂ ਮੋਮੂ ਦਾ ਘਰ ਵਾਲਾ ਇਹ ਪੁੱਤ ਹਾਂ ਇਹ ਵੀ ਜ਼ਰਾ ਚੰਗਾ ਇਹਦੇ ਟੁੱਟਿਆ ਹੋਇਆ ਆਪਾਂ ਨੂੰ ਨੌਲੇਜ ਨਹੀਂ ਹੈਗੀ ਵੀ ਕਾਹਤੋਂ ਇਹਨਾਂ ਨੇ ਇੱਦਾਂ ਰੱਖੇ ਹੋਏ ਆ ਉੱਧਰਲੇ ਪਾਸੇ ਲੱਗਿਆ ਟਰੈਕਟਰ ਫਾਰਮ ਐਕਸ ਦਾ ਕਹਿੰਦਾ ਮੈਂ ਖੇਤਾਂ 'ਚ ਜਿੱਦਾਂ ਘਰ ਆ ਇੱਧਰ ਦੇ ਪਿਛਲੇ ਪਾਸੇ ਰਹਿਸ਼ ਆ ਇਹਨਾਂ ਦੀ ਮੁਰਗੇ ਵੀ ਰੱਖੇ ਹੋਏ ਇਹਨਾਂ ਨੇ ਅਤੇ ਆਹ ਵੀ ਪਰਾਲੀ ਆ ਸਟੋਰ ਕਰਕੇ ਰੱਖੀ ਵੀ ਪਲਾਸਟਿਕਾਂ ਪਾ ਪਾ ਕੇ ਨਾ ਜਿੱਦਾਂ ਆਵੇ ਇਹ ਇਹ 'ਚ ਪਤਾ ਲੱਗਦਾ ਵੇ ਪਰਾਲੀ ਜਿੱਦਾਂ ਉਹ ਤੂੜੀ ਵਾਂਗੂ ਰੱਖਿਆ ਵਾ ਸਾਰਾ ਬਣਾ ਕੇ ਨਾ ਸਿਸਟਮ ਜਿਹਾ ਆਹ ਉਹ ਵਰਲੇ ਬਸ ਹੁਣ ਇਹਨੂੰ ਲਿਜਾਣਾ ਬਹੁਤ ਔਖਾ ਹੋਣਾ ਸ਼ੋਰ ਨੂੰ ਇਹਨੇ ਹੁਣ ਮਾਰਨੀਆਂ ਚੀਕਾਂ ਕਿ ਵੀ ਮੈਂ ਇੱਥੇ ਹੀ ਰਹਿਣਾ ਪੱਠੇ ਪਾਉਣੇ ਆ ਹੁਣ ਪਿਛਲੀ ਵਾਰੀ ਬਹੁਤ ਇਹਨੂੰ ਔਖੇ ਲੈ ਕੇ ਗਏ ਸੀਗੇ ਪਿਛਲੇ ਪਾਸੇ ਇਹਨਾਂ ਨੇ ਭੇਡਾਂ ਵੀ ਰੱਖੀਆਂ ਮੰਗਾਂ ਨੇ ਅਤੇ ਮੁਰਗੀਆਂ ਵੀ ਰੱਖੀਆਂ ਨੇ ਫੋਨ ਲਾ ਦਿਓ ਅਤੇ ਤਾਜ਼ਾ ਜਿਹੜਾ ਮੀਟ ਆ ਵੱਢ ਕੇ ਦੇ ਦਿੰਦੇ ਆ ਉਹੀ ਰੇਟ ਆ ਨੋਰਮਲ ਜਿਹਾ ਚੱਲੀਏ ਬਿੱਲੀ ਲੈਂਦੀ ਹੁੰਦੀ ਯਾਰ ਆ ਜਾਓ ਕਹਿੰਦਾ ਆ ਜਾ ਤੈਨੂੰ ਦੁੱਧ ਪਿਆਵਾਂ ਤੈਨੂੰ ਪਰ ਦੁੱਧ ਪੀਂਦੀ ਹੈ ਇੱਥੇ ਇਹ ਲੱਸੀ ਦੀ ਲੱਸੀ ਫੇਰ ਆ ਇਹ ਹਾਂ ਚਾਰ ਨੇ ਕੀਤੇ ਹੋਏ ਸਾਈਡ ਤੇ ਦੁੱਧ ਪਿਆਉਂਦੇ ਇਹਨਾਂ ਨੂੰ ਇੱਥੇ ਰਹਿੰਦੇ ਆ ਪੁੱਤ ਇਹਨਾਂ ਦੇ ਘਰ ਆ ਇਹ ਆ ਵੀ ਜਿੱਦਾਂ ਵੱਖਰਾ ਆ ਵੀ ਵੱਖਰਾ ਉਹਨੂੰ ਇੱਕ ਨੂੰ ਰਹਿ ਗਿਆ ਦੁੱਧ ਪਾਉਣ ਵਾਲਾ ਦੁੱਧ ਪਿਆਉਂਦੇ ਆ ਹਾਂ ਪੀਲਾ 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 ਉਹਨੂੰ ਕਹਿ ਦੁੱਧ ਪੀਲਾ ਕੋ ਪੀ ਲਓ ਕਹਿ ਦੇ ਪੀ ਲਓ ਦੁੱਧ ਕਹਿ ਪੁੱਛਣ ਤੋਂ ਕਹਿ ਅੰਕੋ ਹਾਂ ਵਾਹ ਰੱਖੇ ਹੋਏ ਵੱਛੇ ਸਾਈਡ ਤੇ ਇੱਥੇ ਆਰ ਦੇਖ ਲਓ ਜੀ ਵਿੱਚ ਟਰੈਕਟਰ ਟਰੈਕਟਰ ਆ ਨਿਊ ਹੋਲੈਂਡ ਨਹੀਂ ਜਾਣਾ ਤੂੰ ਮੋਮੂ ਹੁਣ ਤੂੰ ਮੋਮੂ ਤੇ ਬਸਣ ਹੋ ਗਈ ਚਲੋ ਮੋਮੂ ਤਾਂ ਹੋ ਤਾਂ ਗਈ ਚਲੋ ਬਸਣ ਚਲੋ ਬਾਪ ਲੈ ਹੁਣ ਤੂੰ ਮੋਮੂ ਨੂੰ ਹੁਣ ਤੂੰ ਬਾਏ ਬਾਏ ਕਰ ਦੇ ਬਸਣ ਬਾਏ ਬਾਏ ਕਰ ਦੇ ਸੀਟ ਤੇ ਦੁਆਰੀ ਤੇ ਬਹਿੰਦਾ ਨੀਗਾ ਚਲ ਬਾਏ ਬਾਏ ਕਰ ਦੇ ਬਾਏ ਕਰ ਦੇ ਬਾਏ ਬਾਏ ਮੋਮੂ ਨੂੰ ਤੂੰ ਇਹ ਹੋ ਗਿਆ ਵੀ ਸੀਟ ਤੇ ਮੈਂ ਨਹੀਂ ਬਹਿੰਦਾ ਆਪਦੀ ਤੇ ਇਹ ਸੀਟ ਤੇ ਨਹੀਂ ਆਪਦੀ ਤੇ ਬੈਠਾ ਹੁਣ ਗੰਦਾ ਬੱਚਾ ਬਣ ਗਿਆ ਇਹ ਕਹਿੰਦਾ ਮੋਮੂ ਕੋਲ ਹੀ ਰਹਿਣਾ ਆ ਬਸ ਤੈਨੂੰ ਲੈ ਦਿੰਦੇ ਫਿਰ ਵੀ ਗਏ ਅਸੀਂ ਜਿੰਨਾ ਮਰਜ਼ੀ ਰੋਈ ਜਾ ਮੋਤੋਂ ਦੇਖਣਾ ਉੱਧਰ ਮੋਤੋਂ ਮੋਤੋਂ ਦੇਖਣੀ ਆ ਭੇਡ ਦੇਖਣੀ ਭੇਡ ਹਾਂ ਭੇਡ ਹਾਂ ਚੱਲ ਤੈਨੂੰ ਦਿਖਾਉਂਦੇ ਨਾਲ ਤੈਨੂੰ ਕੋਕੋ ਦਿਖਾਉਂਦੇ ਹਾਂ ਓਕੇ ਬੋਨਜੋ ਆਵਾ ਹੈਲੋ ਸਵਾ ਚੱਲ ਬੀਜ਼ੂ ਕਰ ਬਾਏ ਬਾਏ ਟੇਕ ਕੇਅਰ ਆਵਾ ਅਭਿਆਂਤੋ ਫਿਰ ਮਿਲਾਂਗੇ ਬੱਬੋ ਸਤਿ ਸ਼੍ਰੀ ਅਕਾਲ ਕਰ ਦੇ ਸਤਿ ਸ਼੍ਰੀ ਅਕਾਲ ਕਰ ਦੇ ਸਤਿ ਸ਼੍ਰੀ ਅਕਾਲ ਹਾਂ